ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਟਰਨੈਸ਼ਨਲ ਡੇ ਫਾਰ ਗਰਲ ਚਾਈਲਡ ਮੌਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਬੇਹੱਦ ਹੀ ਪਿਆਰੀ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਉਹਨਾਂ ਦੇ ਦਫ਼ਤਰ ਦੀ ਹੈ ਜਿਸ ਵਿੱਚ ਉਹਨਾਂ ਆਪਣੀ ਧੀ ਨੂੰ ਆਪਣੀ ਕੁਰਸੀ ਤੇ ਬਿਠਾਇਆ ਹੋਇਆ ਹੈ। ਇੰਨਾ ਹੀ ਨਹੀਂ, ਉਹਨਾਂ ਦੀ ਧੀ ਐਲੇਗ੍ਰਿਸ ਮਾਰਗਰੇਟ ਟਰੂਡੋ ਨੇ ਰਾਜਕੁਮਾਰੀ ਵਾਂਗ ਆਪਣੇ ਦੋਵੇਂ ਪੈਰ ਪਿਤਾ ਦੇ ਕੰਮ ਕਰਨ ਵਾਲੇ ਮੇਜ਼ ਤੇ ਰੱਖੇ ਹੋਏ ਹਨ। ਇਹ ਤਸਵੀਰ ਇੰਸਟਾਗ੍ਰਾਮ ਤੇ ਸ਼ੇਅਰ ਕਰਦਿਆਂ ਟਰੂਡੋ ਨੇ ਲਿਖਿਆ ਕਿ ਅੱਜ ਦਾ ਦਿਨ ਸਾਡੀਆਂ ਧੀਆਂ, ਪਤਨੀਆਂ, ਪੋਤੀਆਂ ਤੇ ਭਤੀਜੀਆਂ ਲਈ ਹੈ। ਇਹ ਦਿਨ ਇਸ ਗੱਲ ਨੂੰ ਤੈਅ ਕਰਨ ਲਈ ਹੈ ਕਿ ਉਹ ਅਜਿਹੀ ਦੁਨੀਆਂ ਵਿੱਚ ਵੱਡੀਆਂ ਹੋਣ ਜਿੱਥੇ ਉਹ ਜੋ ਕਹਿਣ ਉਸਨੂੰ ਸੁਣਿਆ ਜਾਏ ਤੇ ਉਹਨਾਂ ਨੂੰ ਉਹ ਸਮਰਥਨ ਹਾਸਲ ਹੋਏ ਜਿਸ ਨਾਲ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ। ਪੀਐਮ ਟਰੂਡੋ ਦੁਆਰਾ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਲੋਕਾਂ ਵੱਲੋਂ ਬੇਹੱਦ ਹੀ ਪਿਆਰ ਮਿਲ ਰਿਹਾ। ਤਸਵੀਰ ਤੇ ਲੋਕਾਂ ਦੀਆਂ ਟਿੱਪਣੀਆਂ ਵੇਖਣ ਨੂੰ ਹੀ ਬਣਦੀਆਂ ਹਨ। ਯਾਦ ਰਹੇ ਕਿ ਸੰਯੁਕਤ ਰਾਸ਼ਟਰ ਦੇ ਐਲਾਨ ਤੋਂ ਬਾਅਦ 11 ਅਕਤੂਬਰ ਨੂੰ ਮਨਾਇਆ ਜਾਣ ਵਾਲਾ ਕੌਮਾਂਤਰੀ ਬੇਟੀ ਦਿਵਸ ਪਹਿਲੀ ਵਾਰ 2012 ਨੂੰ ਮਨਾਇਆ ਗਿਆ ਸੀ। ਇਹ ਦਿਨ ਮਹਿਲਾਵਾਂ ਲਈ ਹੋਰ ਮੌਕੇ ਤੇ ਲਿੰਗ ਸਮਾਨਤਾ ਸੰਬੰਧੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਮਨਾਇਆ ਜਾਂਦਾ ਹੈ।